थाना सदर पट्टी अधीन आउंदे पिंड शहीद विखे 40 साल व्यक्ति सुखविंदर सिंह जो कि अपने जान पछाण के व्यक्ति मनदीप सिंह नाल शराब पी रहा सी अते जद ओह वापस घर आ रहा सी तां मनदीप सिंह ने उस कोलों पैसे खोहण की कोशिश की अते पैसे ना देण दे चलदिआं मनदीप सिंह वल्लों सुखविंदर सिंह दा तेजधार हथियार नाल कतल कर दिता गया। घटना की जानकारी मिलते ही थाना सदर के SHO हरिंदर सिंह पुलिस पार्टी समेत मौके उत्ते पहुंच गए। उन्होंने दस्सिया कि इन्हां विचकार पहलां भी झगड़ा होया सी अते बीती रात ये पैसों के मामले विच आपस विच झगड़ पे जिसके सिटे वजो मनदीप सिंह ने सुखविंदर सिंह का कतल कर दिता। पुलिस वालों अगलेरी कार्रवाई अमल विच लिआंदी जा रही है। फतेह सिंह भाजी जिहड़ा इह कतल होया इह तुहाडा की लगदा बंदा? इह भरा मेरा जी। इह कितना होया कतल इहनां दा? इह रात गया किते पीण खाण पैग सैग लाउण ते मुड़ के आ गया उत्थे आई मैं मंडी गया सी मंडो आया मैं जदों दिने उन्हें दस्या मैनू किसी बंद ने उतों फिर चुक के लिया इन सट पिट लवाई लगी हेरे किन्ने कदर किया ये दौरी सिंह जो मुंडा है उन्हें केड़ी गल तो किया पैसे खोदे ही किन्ने पैसे है देखो पैसे होगा होगा 2-2.5 हज़ार होगा ਕਿਹੜਾ ਕਿਹੜਾ ਬੰਦਾ ਸੀਗਾ ਜਿੰਨਾ ਮਾਰਿਆ? ਹਾਲੇ ਸਿੰਗਲ ਇੱਕੋ ਹੀ ਆ ਜੀ ਉਹ ਦੌਰੀ ਮੁੰਡੇ ਦਾ ਨਾਂ ਇਹਨੇ ਲਿਆ ਵਾ ਜੀ। ਤੇ ਜਿਹੜੇ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਕੀਤੀ? ਹਾਂਜੀ ਕੀ ਕਾਰਵਾਈ ਕੀਤੀ? ਫੜ ਕੇ ਉਹ ਲੈ ਗਏ ਜੀ ਉਹਨੂੰ। ਜਿਹੜਾ ਕਤਲ ਹੈ ਇਹ ਜਿਹੜਾ ਮਨਦੀਪ ਸਿੰਘ ਲਈ ਦੌਰੀ ਜਿਹੜਾ ਤੇ ਇਕੱਠੇ ਜਿਹੜੇ ਆਪਸ ਵਿੱਚ ਦੀ ਮਤਲਬ ਅੱਗੇ ਵੀ ਝਗੜੇ ਝੁਗੜੇ ਆ ਤੇ ਹੁਣ ਵੀ ਕੱਲ੍ਹ ਵੀ ਕਿਤੇ ਇਹਨਾਂ ਨੇ ਸ਼ਰਾਬ ਸ਼ੁਰੂ ਕੀਤੀ ਆਪਸ ਵਿੱਚ ਦੀ ਸ਼ਰਾਬ ਪੀ ਕੇ ਇਹਨਾਂ ਦਾ ਉੱਥੇ ਝਗੜਾ ਹੋਇਆ ਇੱਥੇ ਇਹਦੇ ਸਿਰ ਦੇ ਉੱਤੇ ਕਾਪੇ ਦਾ ਵਾਰ ਕੀਤਾ ਗਿਆ ਜਿਸ ਤੇ ਦੀ ਉਸ ਨਾਲ ਮੌਤ ਹੋ ਗਈ ਸੱਟਾਂ ਨਾਲ। ਜੀ ਸਰ ਕੀ ਕਾਰਵਾਈ ਕੀਤੀ ਉਹਨਾਂ ਬੰਦਿਆਂ ਦੇ ਅਰੈਸਟ ਕੀਤੀ ਸਰ? ਇੰਨੇ ਜਿਹੜੇ ਹਜੇ ਇਹਨਾਂ ਦਾ ਜਿਹੜੀ ਤਫਤੀਸ਼ ਕਰਕੇ ਹੁਣ ਇਹਦਾ ਪੋਸਟਮਾਰਟਮ ਕਰਾ ਕੇ 302 'ਚ ਪਰਚਾ ਦਰਜ ਕਰ ਲੱਗੇ ਆ ਮਨਦੀਪ ਸਿੰਘ ਜਿਸ ਦੌਰੀ ਤੇ ਉਸ ਤੋਂ ਬਾਅਦ ਜਿਹੜੀ ਆ ਅਗਲੀ ਤਫਤੀਸ਼ ਵਿੱਚ ਲਿਆਵਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ।